ਗੱਲ ਦਿਲ ਦੀ ਦੱਸ ਸੱਜਣਾ, ਝੂਠੇ ਲਾਰਿਆਂ 'ਚ ਕੀ ਰੱਖਿਆ, ਆ ਜਾ ਦਿਲ ਵਿੱਚ ਵਸ ਸੱਜਣਾ, ਵਿੱਚ ਬਾਹਰਿਆਂ 'ਚ ਕੀ ਰੱਖਿਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗਿੱਲ ਪ੍ਰਦੀਪ ਇੱਕ ਵਾਰੀ ਫਿਰ ਹਾਜ਼ਰ ਹੋਇਆ ਅੱਜ ਦਾ ਲਾਈਵ ਸ਼ੋਅ ਚੱਕ ਪੰਜਾਬੀ ਲੈ ਕੇ। ਅਤੇ ਅੱਜ ਸਾਡੇ ਨਾਲ ਸਾਡੇ ਮਹਿਮਾਨ ਜਿਹੜੇ ਖਾਸ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ, ਜਿਹਨੇ ਹਮੇਸ਼ਾ ਹੀ ਆਪਣੇ ਗੀਤਾਂ ਦੇ ਵਿੱਚ ਪੰਜਾਬੀਆਂ ਦੀ ਗੱਲ ਕੀਤੀ ਆ, ਪੰਜਾਬੀ ਵਿਰਸੇ ਦੀ ਗੱਲ ਕੀਤੀ ਆ, ਸੱਭਿਆਚਾਰ ਦੀ ਗੱਲ ਕੀਤੀ ਆ, ਚਰਖੇ ਦੀ ਗੱਲ ਕੀਤੀ ਆ, ਝਾਂਜਰ ਦੀ ਗੱਲ ਕੀਤੀ ਆ, ਕੋਕੇ ਦੀ ਗੱਲ ਕੀਤੀ ਹੈ। ਅਤੇ ਆਓ ਤੁਹਾਡੇ ਨਾਲ ਮਿਲਾਉਂਦੇ ਹਾਂ ਬਾਈ ਹਰਜੀਤ ਹਰਮਨ ਨੂੰ। ਹਰਮਨ ਬਾਈ, ਸਵਾਗਤ ਆ ਸਾਡੇ ਚੱਕ ਪੰਜਾਬੀ ਦੇ ਵਿਹੜੇ ਦੇ ਵਿੱਚ। ਥੈਂਕ ਯੂ ਪ੍ਰਦੀਪ, ਮੇਰੇ ਵੱਲੋਂ ਗਲੋਬਲ ਪੰਜਾਬੀ ਟੀਵੀ ਦੇ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਚੱਕ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਦੁਆ ਕਰਦਾ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਸੋ ਦੋਸਤੋ, ਲਾਈਵ ਸ਼ੋਅ ਹੈ, ਤੁਸੀਂ ਇਹਦੇ ਵਿੱਚ ਕਾਲ ਵੀ ਕਰ ਸਕਦੇ ਹੋ। ਸਾਡਾ ਸ਼ੋਅ ਜਿਸ ਤਰ੍ਹਾਂ ਜਦੋਂ ਵੀ ਕੋਈ ਸੈਲੀਬ੍ਰਿਟੀ ਆਉਂਦਾ ਤਾਂ ਅਸੀਂ ਉਹਦਾ ਟਾਈਮ ਡਿਊਰੇਸ਼ਨ ਆ ਜਿਹੜੀ ਉਹ ਕਦੇ ਕਦੇ ਵਧਾ ਦਿੰਦੇ ਹਾਂ, ਅਤੇ ਸਾਡੇ ਖਾਸ ਮਿੱਤਰ ਆਏ ਨੇ, ਇਸ ਕਰਕੇ ਅੱਜ ਦਾ ਸ਼ੋਅ ਵੀ ਸਾਡਾ 10:30 ਤੱਕ ਚੱਲੇਗਾ। ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਤੁਹਾਡੀ ਸਕਰੀਨ 'ਤੇ 212-221-2800। ਅਤੇ ਹਰਜੀਤ ਹਰਮਨ ਹੋਣਾ ਦਾ ਜਿਹੜਾ ਗਰੁੱਪ ਆ, ਜਿਹਦੇ ਵਿੱਚ ਰਵਿੰਦਰ ਗਰੇਵਾਲ, ਜੋਰਾ ਰੰਧਾਵਾ, ਤਾਨੀਆ ਗਿੱਲ ਇਹ ਔਰ ਦੀਪ ਢਿੱਲੋਂ, ਜੈਸਮੀਨ ਜੱਸੀ, ਇਹ ਸਾਰਿਆਂ ਦਾ ਗਰੁੱਪ ਆ ਜਿਹੜੇ, ਇਹਦੇ ਸਾਰੇ ਸ਼ੋਅਜ਼ ਆ ਜਿਹੜੇ ਡੀਜੇ ਸੋਨੂ ਢਿੱਲੋਂ ਔਰ ਪੰਮਾ ਗਿੱਲ ਇੰਟਰਟੇਨਮੈਂਟ ਉਹਨਾਂ ਵੱਲੋਂ ਕਰਵਾਏ ਜਾ ਰਹੇ ਆ ਸਾਰੇ ਅਮੈਰੀਕਾ ਦੇ ਵਿੱਚ। ਨਿਊਯਾਰਕ ਦਾ ਸ਼ੋਅ ਜਿਹੜਾ ਇਹਨਾਂ ਦਾ ਹੋ ਗਿਆ, 23 ਤਰੀਕ ਨੂੰ ਜੋਰਜੀਆ ਅਟਲਾਂਟਿਆ ਦੇ ਵਿੱਚ ਸ਼ੋਅ ਹੈ, 30 ਤਰੀਕ ਨੂੰ ਮਿਸੀਸਿਪੀ ਦੇ ਵਿੱਚ ਸ਼ੋਅ ਹੈ, 7 ਨੂੰ ਫਰਿਜ਼ਨੋ, 14 ਨੂੰ ਬੇ ਏਰੀਆ, 21 ਨੂੰ ਡੈਲਸ, 22 ਨੂੰ ਵਰਜੀਨੀਆ, 29 ਨੂੰ ਯੂਬਾ ਸਿਟੀ, ਜਿਹੜਾ ਬਹੁਤ ਵੱਡਾ ਮੇਲਾ ਜਿਹੜਾ ਹੁੰਦਾ ਯੂਬਾ ਸਿਟੀ, ਔਰ ਉਸ ਤੋਂ ਬਾਅਦ 30 ਤਰੀਕ ਨੂੰ ਨਿਊ ਜਰਸੀ ਦੇ ਵਿੱਚ ਇਹਨਾਂ ਦਾ ਸ਼ੋਅ ਆ। ਜਿਹੜਾ ਸਾਰੇ ਸ਼ੋਅ ਜਿਹੜੇ ਪਲੈਨਡ ਹੋ ਚੁੱਕੇ ਨੇ, ਸ਼ੋਆਂ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਡੀਜੇ ਸੋਨੂ ਢਿੱਲੋਂ ਦਾ ਨੰਬਰ ਜਿਹੜਾ ਬਾਰ ਬਾਰ ਸਕਰੀਨ 'ਤੇ ਫਲੈਸ਼ ਹੋਊਗਾ, ਉਹਦੇ 'ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਆਓ ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਵੀ ਕੋਈ ਫਰਮਾਇਸ਼ ਕਰਨੀ ਹੋਵੇ ਕਿਸੇ ਗੀਤ ਦੀ ਹਰਜੀਤ ਹਰਮਨ ਨੂੰ, ਜਾਂ ਕੋਈ ਗੱਲ ਕਰਨੀ ਹੋਵੇ ਹਰਜੀਤ ਹਰਮਨ ਦੇ ਨਾਲ, ਤਾਂ ਤੁਸੀਂ ਕਾਲ ਕਰ ਸਕਦੇ ਹੋ 212-221-2800 'ਤੇ। ਆਓ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬਾਈ ਹਰਜੀਤ ਹਰਮਨ, ਇੱਕ ਬੰਦਾ ਕਿ ਦੋ ਜਾਣੇ ਆ? ਹੈ ਤਾਂ ਮੈਂ ਹਰਜੀਤ ਸਿੰਘ ਸੀ ਪਹਿਲਾਂ, ਅਤੇ ਹਰਮਨ ਮੇਰਾ ਜਦੋਂ ਮੈਂ ਇਸ ਲਾਈਨ ਦੇ ਵਿੱਚ ਐਂਟਰੀ ਕੀਤਾ ਗਾਇਕੀ ਦੀ ਲਾਈਨ ਦੇ ਵਿੱਚ, ਪਹਿਲੀ ਉਹ ਮੇਰੀ ਕੈਸਟ ਦੇ ਉੱਤੇ ਜਦੋਂ ਨਾਂ ਲਿਖਣ ਲੱਗੇ ਤਾਂ ਬਸ ਹਰਮਨ ਨਾਲ ਲਾ ਕੇ ਹੀ ਸਾਨੂੰ ਹਰਜੀਤ ਹਰਮਨ ਹੀ ਮਿਲਿਆ। ਕਿਉਂਕਿ ਮੈਂ ਦੱਸ ਦੇਣਾ ਚਾਹੁੰਦਾ ਕਿ ਮੇਰਾ ਗੋਤ ਸਰ ਨੇਮ ਜਿਹਨੂੰ ਕਹਿੰਦੇ ਹਾਂ ਉਹ ਗੰਡਾ, GANDA ਗੰਡਾ, ਮੈਨੂੰ ਅਮੈਰੀਕਾ 'ਚ ਮੇਰੇ ਯਾਦ ਹੈ ਇੱਕ ਵਾਰੀ ਆਇਆ ਸੀ ਮੈਨੂੰ ਗੰਡਾ ਸਾਹਿਬ ਕੋਈ ਐਡਵੋਕੇਟ, ਮੈਂ ਐਡ ਪੜ੍ਹੀ, ਮੈਂ ਉਹਨਾਂ ਨੂੰ ਫੋਨ ਵੀ ਕੀਤਾ ਵੀ ਆਪਣੇ ਸਰਨੇਮ ਦੇ ਬੰਦੇ ਇੱਥੇ ਵੀ ਆ। ਉਹ ਜਦੋਂ ਲਿਖਣ 'ਚ ਆਉਂਦਾ ਮੇਰੇ ਖਿਆਲ ਗੰਦਾ ਬਣ ਜਾਂਦਾ ਕਈ ਵਾਰੀ, ਹੈ ਨਾ। ਮੈਂ ਕੋਈ ਵੀ ਕਹਿੰਦਾ ਆਪਦੇ ਕਿਸੇ ਚੀਜ਼ ਨੂੰ ਮਾੜਾ ਨਹੀਂ ਨਕਾਰਦਾ, ਮੇਰੇ ਸਰਨੇਮ ਆ, ਮੇਰੇ ਬਜ਼ੁਰਗਾਂ ਦਾ, ਹੈ ਨਾ, ਇੱਕ ਹਿੱਸਾ ਨਾਂ ਦਾ, ਪਰ ਸਮਝਾਉਣਾ ਬਹੁਤ ਔਖਾ ਦੂਜੇ ਨੂੰ ਵੀ ਕੀ ਆ ਯਾਰ। ਮੈਂ ਕਿਉਂਕਿ ਜਦੋਂ ਪੜ੍ਹਦਾ ਹੁੰਦਾ ਸੀ ਮੇਰੀ ਕਾਪੀ 'ਤੇ ਲਿਖਿਆ ਹਰਜੀਤ ਸਿੰਘ ਗੰਡਾ, ਉਹ ਬੰਦਾ ਕਹਿੰਦਾ ਵੀ ਤੇਰਾ ਹਰਜੀਤ ਸਿੰਘ ਤਾਂ ਠੀਕ ਹੈ, ਤੇਰੇ ਪਿੱਛੇ ਠੀਕ ਕਰ ਲਾ ਕੀ ਆ। ਮੈਂ ਦੇਖ ਕੇ ਫਿਰ ਹੈਰਾਨ ਰਿਹਾ, ਮੈਂ ਕੀ ਆ ਬਈ, ਉਹ ਕਹਿੰਦਾ ਗੰਦਾ ਲਿਖਿਆ ਹੋਇਆ। ਸੋ ਇਸ ਕਰਕੇ ਮੇਰਾ ਉਹ ਠੀਕ ਨਹੀਂ ਆਇਆ, ਪਿੰਡ ਮੇਰਾ ਦੋਦਾ, ਅਤੇ ਫਿਰ ਪ੍ਰਗਟ ਉਹਨਾਂ ਨੇ ਕੀ ਸੋਚ ਸੋਚ ਕੇ ਕਿਹਾ ਕਿ ਹਰਮਨ, ਹਰਜੀਤ ਹਰਮਨ ਠੀਕ ਹੈ ਨਾ। ਮੈਂ ਕਿਹਾ ਜੀ ਬੜਾ ਸੋਹਣਾ, ਮੈਨੂੰ ਹਰਮਨ ਨਾਂ ਨਾਲ ਬੜਾ ਅਟੈਚਮੈਂਟ ਜੈਸੀ, ਪਤਾ ਨਹੀਂ ਕਿਉਂ ਮੈਂ ਝੱਟ ਦੇਣੇ ਹਾਂ ਕਰਤੀ। ਸਾਡਾ ਫਿਰ ਪਹਿਲੀ ਕੈਸਟ ਤੋਂ ਮੇਰੀ ਐਂਟਰੀ ਜਿਹੜੀ ਗਾਇਕੀ ਦੀ ਲਾਈਨ ਦੇ ਵਿੱਚ ਹਰਜੀਤ ਹਰਮਨ ਦੇ ਨਾਲ ਹੋਈ। ਪ੍ਰਗਟ ਹੋਣਾ ਨੇ ਹਰਜੀਤ ਦੇ ਨਾਲ ਹਰਮਨ ਹਰਮਨ, ਤੁਹਾਡੀ ਜੋੜੀ ਹੈ ਜਿਹੜੀ ਪ੍ਰਗਟ ਹੋਣਾ ਦੇ ਨਾਲ ਬੜੀ ਹਿੱਟ ਆ ਨਾ, ਨਾਲ ਤੁਹਾਡੇ ਅਤੁਲ ਸ਼ਰਮਾ ਜੀ। ਜਦੋਂ ਤੋਂ ਤੁਸੀਂ ਮੇਰੇ ਖਿਆਲ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ, ਪ੍ਰਗਟ ਹੋਣੀ ਤੁਹਾਡੇ ਨਾਲ ਹੈ ਅਤੇ ਅੱਜ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਮੋਢੇ ਨਾਲ ਮੋਢਾ ਲੱਗ ਰਿਹਾ ਹੈ। ਕਿਤੇ ਹੋਰ ਗੀਤਕਾਰ ਨੇ ਕਦੇ ਅਪਰੋਚ ਨਹੀਂ ਕੀਤੀ ਵੀ ਹਰਮਨ ਨੂੰ ਗੀਤ ਦਿੱਤਾ ਜਾਵੇ? ਨਹੀਂ ਗਾਇਆ, ਪ੍ਰਗਟੂਰੀਆਂ ਨੇ ਬੜਾ ਗਾਣਾ, ਇੱਕ ਮਹਿੰਦਰਪਾਲ ਭੱਠਲ ਉਹਨਾਂ ਦਾ ਗੀਤ ਹੈ, ਉਹ ਗਾਇਆ ਮੈਂ। ਮੈਨੂੰ ਵਰਦੇ, ਮੈਂ ਜੰਮਿਆ ਤੇਰੇ ਲਈ, ਅੰਮੀਏ ਤੇਰੇ ਲਈ ਮਰ ਜਾਣਾ, ਧਾਰਮਿਕ ਐਲਬਮ ਦੇ ਵਿੱਚ ਸੀ ਬਚਨ ਬੇਦਲ ਦਾ ਗਾਣਾ ਵੀ ਮੈਂ ਗਾਇਆ। ਅਤੇ ਪਰ ਜਦੋਂ ਸਾਨੂੰ ਮਿਲਦਾ ਕੋਈ ਚੱਜ ਦਾ ਗਾਣਾ, ਪਰ ਸਾਡੇ ਕੋਲ ਆਪਣੀ
ਉਹ ਗਾਣੇ 8-9 ਵਧੀਆ ਹੁੰਦੇ ਆ, ਫਿਰ ਬਾਹਰੋਂ ਲੈਣ ਦੀ ਮੈਨੂੰ ਕਦੇ ਲੋੜ ਪਈ ਨਹੀਂ। ਇਸ ਕਰਕੇ ਉਹ ਗਾਣੇ ਨਾਲ ਐਲਬਮ ਤਿਆਰ ਹੁੰਦੀ ਹੈ ਅਤੇ ਮੇਰੇ ਚਾਹੁਣ ਵਾਲਿਆਂ ਨੂੰ ਚੰਗਾ ਲੱਗਦਾ, ਪ੍ਰਗਟ ਦੇ ਗਾਣੇ ਵਜੋਂ ਪਰਮਾਤਮਾ ਵੱਲੋਂ ਵੀ ਕੋਈ ਆਸ਼ੀਰਵਾਦ ਮਿਲਿਆ, ਜਦੋਂ ਉਹਦਾ ਕੋਈ ਵੀ ਗਾਣਾ ਹੋਵੇ ਮੈਨੂੰ ਚੰਗਾ ਲੱਗਦਾ ਗਾ ਕੇ, ਜੇ ਮਾੜਾ ਵੀ ਹੋਵੇ ਉਹ ਵੀ ਚੰਗਾ ਬਣ ਜਾਂਦਾ ਕਈ ਵਾਰੀ। ਸੋ ਅਤੁਲ ਸ਼ਰਮਾ ਜੀ ਮਿਊਜ਼ਿਕ ਡਾਇਰੈਕਟਰ ਟੀਮ ਹੈ ਜਿਹੜੀ ਸਾਡੇ ਗੀਤਾਂ ਨੂੰ ਵੀ ਸਿਲੈਕਟ ਕਰਦੀ ਆ, ਅਤੇ ਆਡੀਓ ਨੂੰ ਇੱਕ ਆਪਣੀ ਆਡੀਓ ਸਮਝ ਕੇ ਇਹਨੇ ਉਹਨੇ ਗੀਤ ਦਿੱਤਾ ਮੈਨੂੰ, ਇਹ ਚੱਲੇ ਨਾ ਚੱਲੇ ਅਤੁਲ ਸ਼ਰਮਾ ਜੀ ਨੇ ਮੈਨੂੰ ਮਿਊਜ਼ਿਕ ਦਿੱਤਾ, ਉਹਦਾ ਕੋਈ ਤਲਕ ਨਹੀਂ, ਉਹ ਡੂੰਘਾਈ ਨਾਲ ਜਾਂਦੇ ਨੇ ਵੀ ਹਰਮਨ ਦਾ ਇਹ ਇੱਕ ਪਰਿਵਾਰਕ ਤੌਰ 'ਤੇ ਜਿਹੜੀ ਟੀਮ ਹੈ ਸਾਨੂੰ ਇਹ ਲੈਵਲ ਤੁਹਾਡਾ ਬਣਿਆ ਹੋਇਆ, ਤੁਹਾਡੀ ਛਾਪ ਬਣੀ ਹੋਈ ਵੀ ਹਰਮਨ ਇਸ ਤਰ੍ਹਾਂ ਦੇ ਗੀਤ ਹੀ ਗਾਉਂਦਾ, ਬਿਲਕੁਲ ਜੀ ਉਹ ਸਪੋਰਟ ਕਰਦੇ ਆ ਜੀ ਸਾਰੀ ਟੀਮ ਸਾਡੀ। ਹਰਮਨ ਤੁਹਾਡਾ ਇੱਕ ਗੀਤ ਆਇਆ ਸੀਗਾ ਵੰਡੇ ਗਏ ਪੰਜਾਬ ਦੀ ਤਰ੍ਹਾਂ, ਹਾਂਜੀ, ਤੁਹਾਡੇ ਜਿਹੜੇ ਹਿੱਟ ਗੀਤ ਹੋਏ ਆ ਜਿੰਨੇ ਵੀ ਮਿੱਤਰਾਂ ਦਾ ਨਾਂ ਚੱਲਦਾ ਜਾਂ ਜਿਹੜੇ ਭੰਗੜੇ ਭੁੰਗੜੇ ਵਾਲੇ ਜਿੰਨੇ ਵੀ ਗੀਤ ਆ, ਚੰਡੋਲ ਵਾਲਾ ਗੀਤ ਹੋਇਆ ਜਾਂ ਅੱਡੀ ਮਾਰ ਕੇ ਗਿੱਧੇ ਦੇ ਵਿੱਚ ਆ ਜਾਣੀ ਕਿਤੇ ਨੱਚਣਾ ਨਾ ਭੁੱਲ ਜੀ, ਕੱਲਾ ਕੱਲਾ ਨੋਟ ਦੇ, ਇਹ ਤਾਂ ਦਰਸ਼ਕਾਂ ਨੇ ਫਰਮਾਇਸ਼ ਕਰਨੀ ਕਰਨੀ, ਅੱਜ ਸਾਰਿਆਂ ਨੂੰ ਆਪਾਂ ਫਰਮਾਇਸ਼ਾਂ ਜਿਹੜੀਆਂ ਪੂਰੀਆਂ ਕਰਨੀਆਂ ਹਨ। ਇਹ ਮੇਰੀ ਫਰਮਾਇਸ਼ ਹੈ ਵੰਡੇ ਗਏ ਪੰਜਾਬ ਦੀ ਤਰ੍ਹਾਂ, ਮੈਨੂੰ ਬੜਾ ਵਧੀਆ ਲੱਗਦਾ ਗੀਤ, ਸੈਡ ਜਾ ਵੀ ਆ ਰੋਮਾਂਟਿਕ ਜਾ ਵੀ ਆ, ਗੱਲ ਪੰਜਾਬ ਦੀ ਆ। ਮੈਂ ਜਦੋਂ ਪ੍ਰਗਟਣ ਨੇ ਗਾਣਾ ਲਿਖਿਆ, ਇਹ ਗੱਲ ਤਾਂ ਪੰਜਾਂ ਪਾਣੀਆਂ ਦੀ ਕਰਦੇ ਨੇ, ਗੱਲ ਚਾਹੇ ਥੀਮ ਕਿਸੇ ਮੁੰਡੇ ਮੁੰਡੇ ਕੁੜੀ ਦਾ ਵਿੱਚ, ਪਰ ਬੈਕਗ੍ਰਾਉਂਡ ਬੜੀ ਢੁਕਦੀ ਆ, ਉਹੀ ਮੈਂ ਦਿਖਾਉਣਾ ਚਾਹੁੰਦਾ ਵੀ ਮੈਂ ਗਾ ਉਹਦੀਆਂ ਲਾਈਨਾਂ ਦੇ ਵਿੱਚ ਇਸ਼ਕ ਮੁਹੱਬਤ ਨੂੰ ਬਿਆਨ ਕੀਤਾ, ਪਰ ਉਹਨੂੰ ਕੰਪੇਅਰ ਤੁਲਨਾ ਕੀਤੀ ਦੀ ਉਹਦੀ। ਵਕ ਜਿਸ ਦਿਨ ਇੱਕ ਦੂਜੇ ਕੋਲ ਹੋਏ ਹੋਣੇ, ਸਾਡੇ ਵਾਂਗੂ ਹੰਝੂ ਪੰਜਾਂ ਪਾਣੀਆਂ ਵਿੱਚ ਹੋਏ ਹੋਣੇ, ਸਾਡੇ ਵਿੱਚ ਸਰਹੱਦ ਅੱਜ ਖਿੱਚਤੀ ਵੇ ਵਿਆਸ ਤੇ ਚਨਾਬ ਦੀ ਤਰ੍ਹਾਂ, ਹੁਣ ਰੱਬੀ ਜਾਂ ਸਬੱਬੀ ਮੇਲ ਹੋਣਗੇ ਵੇ ਵੰਡੇ ਗਏ ਪੰਜਾਬ ਦੀ ਤਰ੍ਹਾਂ। ਕਿਆ ਪਤਾ ਅੱਜ ਕੱਲ੍ਹ ਦੇ ਜੇ ਕਿਸੇ ਗਾਇਕ ਨੂੰ ਜਾਂ ਗੀਤਕਾਰ ਨੂੰ ਕਹਿ ਰਹੀ ਮੁੰਡੇ ਕੁੜੀ ਦੀ ਟੁੱਟ ਗਈ ਗਾਣਾ ਲਿਖਣਾ, ਉਹ ਕਹਿੰਦਾ ਵੀ ਟੈਂਟ ਪਾੜ ਦੂੰ ਮੈਂ, ਨਵਾਂ ਚੰਦ ਚਾੜ ਦੂੰ, ਨਾਲੇ ਤੇਰਾ ਹਲਵਾਈ ਕੁੱਟ ਜੂ, ਨਹੀਂ ਮੈਂ ਬਣ ਕੇ ਝੂਆ ਡੁੱਬ ਜਾਣੀਆਂ ਤੇਰੇ ਵਾਲੀ ਵਾਲੇ ਸੂਟ। ਸੋ ਦਰਸ਼ਕੋ ਤੁਸੀਂ ਕਾਲ ਵੀ ਕਰ ਸਕਦੇ ਹੋ, ਨੰਬਰ 212-221-2800, ਨਾਲ ਦੀ ਨਾਲ ਅਸੀਂ ਕਾਲਾਂ ਲੈਣੀਆਂ ਤੁਹਾਡੀਆਂ, ਤੁਹਾਡੀ ਗੱਲਬਾਤ ਆ ਜਿਹੜੀ ਬਾਈ ਹਰਜੀਤ ਹਰਮਨ ਹੋਣਾ ਦੇ ਨਾਲ ਕਰਵਾਉਣੀ ਆ। ਸੋ ਲੈਂਦੇ ਆਪਾਂ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਵਰਿੰਦਰ ਰੰਧਾਵਾ ਬੋਲ ਰਹੀ ਆ। ਹਾਂਜੀ ਹਾਂਜੀ, ਮੈਂ ਤੁਹਾਡੇ ਨਾਲ ਵੈਸੇ ਉਸ ਦਿਨ ਵੀ ਟਰਾਈ ਕੀਤੀ ਸੀ ਹੈਰੀ ਦੇ ਸ਼ੋਅ ਤੇ ਗੱਲਬਾਤ ਕਰਨ ਦੀ, ਹੈਰੀ ਮਲਹੋਤਰਾ, ਤੇ ਉਸ ਦਿਨ ਵੀ ਮੇਰੇ ਪਹਿਲੇ ਸ਼ਬਦ ਇਹੀ ਸੀਗੇ ਕਿ ਪੱਗ ਦੀ ਪੂਰੀ ਟੌਰ ਆ, ਪੱਗ ਦੇ ਨਾਲ ਬਹੁਤ ਸੋਹਣੀ ਪਰਸਨੈਲਿਟੀ। ਆਹੋ, ਇਹ ਮੈਨੂੰ ਐ ਹੁਣ ਡਰ ਲੱਗਦਾ ਰਹਿੰਦਾ ਕਿ ਪੱਗ ਲਾਉਣ, ਮੈਂ ਗੱਲ ਕਰਦਾ ਪ੍ਰਦੀਪ ਨਾਲ, ਮੈਂ ਕਿਹਾ ਵੀ ਪੱਗ ਤਾਂ ਬੰਨਣੀ ਸ਼ੁਰੂ ਕੀਤੀ, ਪੰਗਾ ਪੈਣਾ ਵੀ ਜਦੋਂ ਮੈਂ ਉਤਾਰ ਕੇ ਆਇਆ, ਕਿਉਂਕਿ ਮੇਰੀ ਕੋਈ ਪ੍ਰੋਬਲਮ ਸੀ ਵਾਲਾਂ ਬੂਲਾਂ ਦੀ, ਮੈਂ ਪੱਗ ਬੰਨਣੀ ਸ਼ੁਰੂ ਕੀਤੀ, ਪਰ ਇਹ ਨਹੀਂ ਕਿ ਮੈਂ ਪੱਗ ਹੁਣ ਬੰਨੀ ਆ, ਮੈਂ ਸ਼ੁਰੂ ਵਾਲੀ ਜਿਹੜੀ ਮੇਰੀ ਕੈਸਟ ਹੈ ਜਾਂ ਮੇਰੀਆਂ ਡਿਵੋਸ਼ਨਲ ਐਲਬਮਸ ਆਈਆਂ ਨੇ ਉਦੋਂ ਵੀ ਮੇਰੇ ਪੱਗ ਸੀ। ਬਹੁਤ ਅੱਛੀ ਲੱਗਦੀ ਹੈ ਪੱਗ, ਤਾਂ ਗਾਣੇ ਵੀ ਸਾਰੇ ਬਹੁਤ ਅੱਛੇ ਨੇ, ਪਰ ਮੇਰਾ ਪਸੰਦੀਦਾ ਸਭ ਤੋਂ ਜ਼ਿਆਦਾ ਗਾਣਾ ਜੋ ਮੈਂ ਸੁਣਨਾ ਪਸੰਦ ਕਰਾਂਗੀ, ਅੱਜ ਬਿਨਾ ਬੋਲੇ ਕੋਲੋਂ ਦੀ ਲੰਘ ਗਈ, ਲੰਘ ਗਈ ਬਿਲਕੁਲ ਜੀ, ਮੇਰੀ ਵਰਡਿੰਗ ਥੋੜੀ ਡਿਫਰੈਂਟ ਨੇ। ਹਾਂ ਮੈਂ ਸੁਣਾਉਣਾ ਤੁਹਾਨੂੰ, ਅਕਸਰ ਗੱਲ ਹੁੰਦੀ ਬਿਨਾ ਹੀ ਬੁਲਾਏ ਕੋਲੋਂ ਲੰਘ ਗਏ, ਰਾਈਟ, ਉਹ ਦਿਲ ਨੂੰ ਟੁੰਬਦਾ ਆ ਗਾਣਾ, ਕਿਉਂਕਿ ਜਿਹੜੇ ਵੀ ਗਾਣੇ ਜ਼ਿੰਦਗੀ ਦੀ ਸੱਚਾਈ ਨਾਲ ਚੱਲਦੇ ਆ, ਜ਼ਿੰਦਗੀ ਦੇ ਸੁੱਖਾਂ ਦੁੱਖਾਂ ਨੂੰ ਦਰਸਾਉਂਦੇ ਆ, ਮੈਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ। ਵਰਿੰਦਰ ਜੀ ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਕਿਹੜਾ ਗਾਣਾ ਇਹਨਾਂ ਨੇ ਕਿਹਾ? ਵੰਡੇ ਕੇ ਪੰਜਾਬ ਦੀ ਤਰ੍ਹਾਂ, ਰੱਬੀ ਜਾਂ ਸਬੱਬੀ ਮੇਲ, ਉਹ ਨਹੀਂ ਹੈ, ਇਹ ਹੋਰ ਸੀਗਾ, ਮੈਂ ਸੁਣਾ ਦਿੰਦਾ ਜੀ, ਦੋ ਲਾਈਨਾਂ ਸੁਣਾ। ਜੀ 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 ਪਲੀਜ਼। ਅੱਜ ਬਿਨਾ ਹੀ ਪਛਾਣੇ ਕੋਲੋਂ ਲੰਘ ਗਏ, ਅੱਜ ਬਿਨਾ ਹੀ ਪਛਾਣੇ ਕੋਲੋਂ ਲੰਘ ਗਏ, ਜੋ ਮਿਲਦੇ ਸੀ ਟੋਲ ਟੋਲ ਕੇ, ਜਿਹੜੇ
ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ ਕੋਲੋਂ ਦੀ ਲੰਘੇ ਬਿਨਾਂ ਬੋਲ ਕੇ ਅਕਸਰ ਹੁੰਦਾ ਹੈ। ਕੀ ਬਾਤ ਹੈ, ਕੀ ਬਾਤ ਹੈ, ਲੈਂਦੇ ਆਪਾਂ ਅਗਲੀ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਕੌਣ ਗੱਲ ਕਰ ਰਹੇ, ਕਿੱਥੋਂ ਬੋਲ ਰਹੇ ਹੋ, ਪਲੀਜ਼ ਥੋੜ੍ਹਾ ਉੱਚੀ ਬੋਲੋ। ਹੈਲੋ, ਹਾਂਜੀ, ਅਸੀਂ ਇੱਥੋਂ ਕੈਲੀਫੋਰਨੀਆ ਤੋਂ ਬੋਲਦੇ ਹਾਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ, ਕੈਲੀਫੋਰਨੀਆ ਤੋਂ? ਕੈਲੀਫੋਰਨੀਆ ਤੋਂ, ਇੱਥੋਂ ਜੀ। ਨਹੀਂ ਨਹੀਂ, ਕਿਹੜੀ ਜਗ੍ਹਾ ਤੋਂ ਕੈਲੀਫੋਰਨੀਆ, ਕਵਾਵਾ ਵੱਡਾ ਜੀ? ਸੈਨ ਫਰਾਂਸਿਸਕੋ। ਠੀਕ ਹੈ ਜੀ, ਤੁਹਾਡੇ ਏਰੀਏ ਦੇ ਵਿੱਚ ਬਾਈ ਹੁਣਾਂ ਦਾ 14 ਤਰੀਕ ਨੂੰ ਸ਼ੋਅ ਹੈ, ਤੁਸੀਂ ਉੱਥੇ ਪਹੁੰਚਣਾ ਜ਼ਰੂਰ, ਤੇ ਕਰੋ ਜੀ ਗੱਲ ਬਾਈ ਹਰਜੀਤ ਹਰਮਨ ਹੁਣਾਂ ਦੇ ਨਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਉਹ ਗਾਣਾ ਸੁਣਾਓ ਤੁਹਾਡਾ ਬਹੁਤ ਵਧੀਆ, ਜਿੱਥੋਂ ਮਰਜ਼ੀ ਪੰਗਾ ਚੜਵਾ ਲਈ। ਬਿਲਕੁਲ ਜੀ ਬਿਲਕੁਲ, ਫਰਮਾਇਸ਼ ਤੁਹਾਡੀ ਨੋਟ ਕਰ ਲਈ, ਪਰ ਹਜੇ ਨਹੀਂ ਸੁਣਾਉਣਾ। ਨਾ ਨਾ ਨਾ, ਇਕੱਠੀਆਂ ਕਰਦੇ ਹਾਂ ਜੀ ਫਿਰ ਸਾਰਿਆਂ ਦਾ ਮਿੱਤਰਾਂ ਦਾ ਨਾਂ ਚੱਲਦਾ। ਇਹ ਤਾਂ ਮਤਲਬ ਜਿਵੇਂ ਕਹਿੰਦੇ ਹੁੰਦੇ ਨਾ, ਅਖੀਰਲਾ ਜੱਕਾ ਜਿਹੜਾ ਆਪਾਂ ਅਖੀਰ 'ਤੇ ਕੱਢਣਾ, ਹੈ ਨਾ, ਉਹ ਸਾਰੇ ਦੀ ਫਰਮਾਇਸ਼ਾਂ ਪੂਰੀਆਂ ਕਰਨੀਆਂ। ਮਿੱਤਰਾਂ ਦਾ ਨਾਂ ਚੱਲਦਾ, ਹੋਰ ਵੀ ਕਈ ਗੀਤ ਬਾਈ ਹੁਣਾਂ ਤੋਂ ਸੁਣਨੇ ਨੇ। ਨਾਲ ਦੀ ਨਾਲ ਗੱਲਬਾਤ ਮੈਂ ਇਹਨਾਂ ਦੇ ਸ਼ੋਅਜ਼ ਦੀ ਜ਼ਰੂਰ ਕਰਨਾ ਚਾਹੂੰਗਾ, ਕਿਉਂਕਿ ਚੰਗੇ ਗੀਤ ਸਿੰਗਰਾਂ ਦਾ ਜਿਹੜਾ ਗਰੁੱਪ ਆ, ਡੀ ਜੇ ਸੋਨੂੰ ਢਿੱਲੋਂ ਔਰ ਉਹਨਾਂ ਦੇ ਨਾਲ ਬਾਈ ਜਿਹੜੇ ਪੰਮਾ ਹੋਣੀ ਆ, ਉਹਨਾਂ ਨੇ ਗਰੁੱਪ ਬਣਾਇਆ। 23 ਤਰੀਕ ਨੂੰ ਜੋਰਜੀਆ ਦੇ ਵਿੱਚ ਸ਼ੋਅ ਇਹਨਾਂ ਦਾ, 30 ਤਰੀਕ ਨੂੰ ਮਿਸੀਸਿਪੀ ਆ, 7 ਨੂੰ ਫਰੀਜ਼ਨੋ ਆ, 14 ਨੂੰ ਬੇ ਏਰੀਆ, 21 ਨੂੰ ਡੈਲਸ ਹੈ, 22 ਨੂੰ ਵਰਜੀਨੀਆ, 29 ਨੂੰ ਯੂਬਾ ਸਿਟੀ ਔਰ 30 ਤਰੀਕ ਨੂੰ ਨਿਊ ਜਰਸੀ ਦੇ ਵਿੱਚ ਇਹਨਾਂ ਦਾ ਸ਼ੋਅ ਆ। ਹੋਰ ਵੀ ਕਈ ਸ਼ੋਅਜ਼ ਹਜੇ ਹੋਰ ਪਲਾਨ ਹੋਣੇ ਨੇ, ਕਿਉਂਕਿ ਕਈ ਵੀਕ ਦੇ ਵਿੱਚ ਇੱਕ ਸ਼ੋਅ ਹਜੇ ਪਲਾਨ ਹੋਇਆ, ਇੱਕ ਇੱਕ ਹੋਰ ਹੋ ਸਕਦਾ। ਤੁਸੀਂ ਵੀ ਆਪਣੇ ਏਰੀਆ ਦੇ ਵਿੱਚ ਜੇ ਕੋਈ ਇਹਨਾਂ ਦਾ ਸ਼ੋਅ ਕਰਵਾਉਣਾ ਚਾਹੋ, ਤਾਂ ਇਹ ਬਾਈ ਹੁਣੀ ਤਕਰੀਬਨ ਮੇਰੇ ਖਿਆਲ 10 ਜੂਨ ਤੱਕ ਇੱਥੇ ਅਮੈਰੀਕਾ ਦੇ ਵਿੱਚ ਨੇ। ਕੋਈ ਵੀ ਸ਼ੋਅ ਦੇ ਬਾਰੇ ਤੁਸੀਂ ਗੱਲਬਾਤ ਕਰਨੀ ਹੋਵੇ, ਹਰਜੀਤ ਹਰਮਨ ਦੀ, ਰਵਿੰਦਰ ਗਰੇਵਾਲ ਦੀ, ਜੋਰੇ ਰੰਧਾਵੇ ਦੀ, ਤਾਨੀਆ ਗਿੱਲ ਦੀ, ਤਾਂ ਤੁਸੀਂ ਡੀ ਜੇ ਸੋਨੂੰ ਢਿੱਲੋਂ ਦੇ ਨਾਲ ਗੱਲਬਾਤ ਕਰ ਰਹੇ ਕਰ ਸਕਦੇ ਹੋ। ਅਤੇ ਲੈਂਦੇ ਹਾਂ ਆਪਾਂ ਇੱਥੇ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ, ਹਰਜੀਤ ਹਰਮਨ ਦੇ ਨਾਲ ਸਾਡੀ ਗੱਲਬਾਤ ਜਿਹੜੀ ਇਸੇ ਤਰ੍ਹਾਂ ਰਹੂਗੀ ਜਾਰੀ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਚੱਕ ਪੰਜਾਬੀ ਦੇ ਵਿੱਚ। ਸਾਡੇ ਨਾਲ ਅੱਜ ਜੁੜੇ ਹੋਏ ਨੇ ਬਾਈ ਹਰਜੀਤ ਹਰਮਨ। ਹਰਮਨ ਬਾਈ, ਇੱਕ ਭੁਲੇਖਾ ਹੈ ਨਾ ਇੱਥੋਂ ਦੇ ਕਈ ਕਲਾਕਾਰਾਂ ਨੂੰ ਵੀ ਆ, ਇੱਥੋਂ ਦੇ ਕਈ ਜਿਹੜੇ ਤੁਹਾਡੇ ਚਾਹੁਣ ਵਾਲੇ ਆ, ਪਿੱਛੇ ਜੇ ਇੱਕ ਅਫਵਾਹ ਉੱਡੀ ਸੀ ਐਕਸੀਡੈਂਟ ਵਾਲੀ। ਉਹ ਯਾਰ ਬੜੀ ਪਰੇਸ਼ਾਨ, ਗਲਤ ਕਿਸੇ ਨੇ ਪੋਸਟ ਜਿਹੜੀ ਆ ਉਹ 'ਤੇ ਪਾਤੀ, ਹੈ ਨਾ, ਐਕਸੀਡੈਂਟ, ਪਰ ਮੈਨੂੰ ਤਾਂ ਲੱਭਿਆ ਨਹੀਂ ਵੀ ਹੋਇਆ ਕੀ ਦਾ। ਉਹ ਕੁਝ ਗੱਲਾਂ ਚੱਲਦੀਆਂ, ਮੈਂ ਤਾਂ ਪਹਿਲਾਂ ਛੋਟੀ ਜਿਹੀ ਗੱਲ 'ਤੇ ਧਿਆਨ ਜਾਣਾ ਦਿੱਤਾ, ਮੈਨੂੰ ਕਹਿੰਦੇ ਵੀ ਠੀਕ ਹੈ ਤੂੰ, ਮੈਂ ਕਿਸੇ ਨੇ ਪੁੱਛਿਆ, ਮੈਂ ਕਿਹਾ ਹਾਂ, ਉਹ ਕਹਿੰਦਾ ਪੋਸਟ ਜੀ ਪਈ ਹੋਈ ਸੀ ਤੇਰੀ, ਮੈਂ ਕਿਹਾ ਅੱਛਾ ਓਕੇ। ਉਹ ਤਾਂ ਵੱਡੀ ਉਹ ਬਣ ਜਾਏਗੀ 4 ਦਿਨਾਂ 'ਚ, ਫਿਰ ਮੈਨੂੰ ਕਰਨਾ ਪਿਆ ਆਪ ਐਡ ਦੇਣੀ ਪਈ ਕਦੇ ਚੈਨਲ 'ਤੇ, ਜਾਂ ਮੈਂ ਕਿਤੇ ਜੱਗ ਮੈਂ, ਝੂਠੀ ਉਹ ਸੀ ਉਹ, ਉਹ 2 ਵਾਰ ਹੋਈ, ਪਰ ਪਰੇਸ਼ਾਨ ਬਹੁਤ। ਤੁਹਾਨੂੰ ਲੱਗਦਾ ਵੀ ਤੁਹਾਡੇ ਕਿਸੇ ਨਾ ਕਿਸੇ ਐਂਟੀ ਬੰਦੇ ਨੇ ਉਹ ਪਾਈ ਸੀ? ਨਹੀਂ, ਐਂਟੀ ਪਤਾ ਨਹੀਂ ਹੁਣ ਕਿੱਦਾਂ ਪੈ ਗਈ, ਮੈਂ ਤਾਂ ਉੱਡਦੀ ਉਹ ਦੇਖੀ ਆ। ਫਿਰ ਗਾਂਹ ਤੋਂ ਗਾਂਹ ਮੈਂ ਇੱਕ ਵਾਰੀ ਗੱਲ ਕਹਿੰਦਾ ਵੀ ਸੂਝਵਾਨ ਆ ਇਨਸਾਨ ਆ, ਆਪਾਂ ਆਪਣੇ ਹੱਥਾਂ 'ਚ ਫੇਸਬੁੱਕ ਹੈਗੀ ਹਰੇਕ ਦੇ। ਇੱਕ ਪੋਸਟ ਮੇਰੇ ਤੋਂ ਵੀ ਗਲਤ ਪੈ ਗਈ ਸੀ, ਮੈਨੂੰ ਪੁਲਿਸ ਨੇ ਪੁੱਛਿਆ ਵੀ ਇਹ ਬੰਦੇ ਦਾ ਨਾਂ ਦੱਸ ਦੇ ਬਾਈ ਜੀ, ਅਸੀਂ ਵੀ ਚੱਕੋ ਚੱਕ ਅੱਗੋਂ ਤੋਂ ਉਹ ਪੋਸਟ ਕਰਤੀ, ਆਸਟ੍ਰੇਲੀਆ ਦੀਆਂ ਕੁੜੀਆਂ ਕਹਿੰਦੇ ਆ ਕਿ ਉਹ ਮੁਰਥਲ ਦੇ ਢਾਬੇ 'ਤੇ ਜੋ ਗੱਲ ਕਿ ਸਟੋਰੀ ਬਣੀ ਹੋਈ ਸੀ ਕਿਸੇ ਦੀ ਬਣਾਈ ਹੋਈ ਸੀ, ਤੁਸੀਂ ਸ਼ਾਇਦ ਪੜ੍ਹੀ ਹੋਵੇ, ਬਹੁਤ ਵੱਡੀ ਸੀ, ਕਿ ਉਹ ਕਹਿੰਦੇ ਆ ਮੁੜ ਕੇ ਨਹੀਂ ਅਸੀਂ ਜਾਣਾ, ਹੋਇਆ ਹੋਣਾ ਉੱਥੇ, ਉਹ ਕਿਸੇ ਦਾ ਦੱਸਿਆ ਲੋਕਾਂ ਨੇ ਹੋਇਆ, ਪਰ ਅਸੀਂ ਚੱਕ ਕੇ ਉਹ ਪਾਤੀ। ਉਹ ਕਹਿੰਦੇ ਆਸਟ੍ਰੇਲੀਆ 'ਚੋਂ, ਮੈਂ ਉੱਥੇ ਮੇਰੇ ਮਿੱਤਰ ਨੇ ਪੱਤਰਕਾਰਾਂ ਨੂੰ ਪੁੱਛਿਆ ਵੀ ਇਹ ਕੁੜੀਆਂ ਆਸਟ੍ਰੇਲੀਆ, ਕਹਿੰਦੇ ਹੈ ਨਹੀਂ। ਫਿਰ ਉੱਥੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਈ, ਮੈਂ ਉੱਥੇ ਫਿਰ ਲਿਖ ਕੇ ਪਾਇਆ ਕਿ ਮੈਂ ਕਦੇ ਵੀ ਜ਼ਿੰਦਗੀ 'ਚ ਪੋਸਟ, ਤੁਸੀਂ ਪ੍ਰੈਸ ਵਾਲਿਆਂ ਤੋਂ ਪੁੱਛ ਲਓ, ਤੁਹਾਡੇ ਕੋਲ ਨੇ ਮੀਡੀਆ ਵਾਲੇ ਦੱਸਣਗੇ ਜੇ ਐਡਾ ਵਾਪਰਦਾ ਦਿਖਾਂਤ, ਕੋਈ ਨਾ ਕੋਈ ਖਬਰ ਤਾਂ ਛੋਟੀ ਮੋਟੀ ਆਉਂਦੀ ਆ, ਉਹ ਚੱਕ ਚੁਕਾ ਕੇ ਕਦੇ ਵੀ ਆਪਾਂ ਨੂੰ। ਜਿਹੜਾ ਸੋਸ਼ਲ ਮੀਡੀਆ ਜਾਂ ਯੂਟਿਊਬ ਆ, ਇਹਦਾ ਤੁਸੀਂ ਫਾਇਦਾ ਜ਼ਿਆਦਾ ਮੰਨਦੇ ਹੋ ਕਿ ਨੁਕਸਾਨ? ਨਹੀਂ, ਫਾਇਦਾ ਵੀ ਆ, ਹੁਣ ਨੁਕਸਾਨ ਤਾਂ ਹੋਣ ਵਾਲੇ ਸਮੇਂ 'ਚ ਦੱਸੋ ਇਹਦੇ ਵਿੱਚ। ਮੈਂ ਕਹਿੰਦਾ ਜਿਹੜੇ ਕਲਾਕਾਰ ਟੀਵੀ 'ਤੇ ਐਡ ਨਹੀਂ ਦਿੰਦੇ ਉਹ ਇਹਦੇ ਉੱਤੇ ਹਿੱਟ ਹੋਇਆ, ਇਹਨੂੰ ਮੈਂ ਫਾਇਦਾ ਵੀ ਕਹੂੰਗਾ, ਪਰ ਆਉਣ ਵਾਲੇ ਦਿਨਾਂ 'ਚ ਜੇ ਅਸੀਂ ਤਾਂ ਟੋਟਲੀ ਡਿਪੈਂਡ ਹੋ ਗਏ, ਇਹ ਸਭ ਤੋਂ ਕੀ ਕਰਾਊਗੀ ਇਹ ਨਹੀਂ ਮੈਨੂੰ ਪਤਾ ਜੇ। ਸੋ ਬਹੁਤ ਵਧੀਆ, ਸੋ ਲੈਂਦੇ ਹਾਂ ਤੁਹਾਡੀਆਂ ਕਾਲਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਸੋ ਪਲੀਜ਼ ਜਦੋਂ ਵੀ ਕਾਲ ਕਰਨੀ ਆ ਫੋਨ ਲਈ ਧਿਆਨ ਦਿਆ ਕਰੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ,
ਮੈਨੂੰ ਲੱਗਦਾ ਸਾਡੇ ਵਾਲੇ ਫੋਨ 'ਚੋਂ ਤਾਂ ਨਹੀਂ ਕੋਈ ਪੰਗਾ ਪੈ ਗਿਆ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਿਮਲਾ ਬੋਲ ਰਹੀ ਹਾਂ ਅਟਲਾਂਟਾ ਜਾਰਜੀਆ ਤੋਂ। ਹਾਂਜੀ ਹਾਂਜੀ ਬਿਮਲਾ ਜੀ, ਤੁਹਾਡੇ ਸ਼ਹਿਰ ਦੇ ਵਿੱਚ ਆ ਰਹੇ ਨੇ 23 ਤਰੀਕ ਨੂੰ ਹਰਜੀਤ ਹਰਮਨ, ਕਰੋ ਗੱਲਾਂ ਬਾਤਾਂ। ਅਸੀਂ ਤਿਆਰ ਬੈਠੇ ਹਾਂ, ਵੇਟ ਕਰ ਰਹੇ ਹਾਂ। ਮੈਂ ਤਾਂ ਜੀ ਤਿਆਰ ਹਾਂ, ਟਿਕਟ ਸਵੇਰ ਦੀ ਆ, ਮੈਂ ਜੇ ਕਹੂੰ ਤਾਂ ਸਟੇਜ ਤੇ ਵੀ ਹੁਣੇ ਆ ਜਾਣਾ। ਸਵੇਰੇ ਆਉਣਾ ਜੀ, ਇਹਨਾਂ ਨੇ ਜੋਰ ਬੁੱਕ ਬੰਨ ਰੱਖੀ ਹੈ ਜੀ, ਬਸ ਗਾਉਣ ਗਾਉਣ ਦਾ ਰਹਿੰਦਾ। ਅਸੀਂ ਆ ਰਹੇ ਜੀ ਤੁਹਾਡੇ ਕੋਲ 23 ਨੂੰ ਆ ਮੇਰੇ ਖਿਆਲ, 23 ਨੂੰ ਕੱਲ ਦੀ ਮੇਰੀ ਟਿਕਟ ਆ, ਕੱਲ ਨੂੰ ਮੈਂ ਆ ਜਾਣਾ ਤੁਹਾਡੇ ਉੱਥੇ। ਹਾਂਜੀ 23 ਤਰੀਕ ਨੂੰ। ਹਾਂਜੀ 23 ਨੂੰ। ਠੀਕ ਹੈ ਜੀ, ਆਇਓ ਸ਼ੋਅ 'ਚ, ਪਰਿਵਾਰ ਸਮੇਤ ਮਿਲਦੇ ਆ ਜੀ। ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਜੀਵਨ ਬੋਲਦਾ ਅਟਲਾਂਟਾ ਤੋਂ ਜੀ। ਹਾਂਜੀ ਹਾਂਜੀ ਜੀਵਨ ਜੀ, ਅਟਲਾਂਟਾ ਤੋਂ ਤੁਹਾਡੇ ਸ਼ਹਿਰ ਦੇ ਵਿੱਚ ਸ਼ੋਅ ਆ ਬਾਈ ਦਾ 23 ਤਰੀਕ ਨੂੰ। ਹਾਂਜੀ ਹਾਂਜੀ ਬਾਈ ਜੀ, ਹਰਮਨ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਵਿੱਚ ਕੀ ਹਾਲ ਨੇ? ਬਹੁਤ ਵਧੀਆ ਜੀ, ਵੇਟ ਕਰ ਰਿਹਾ ਸੈਟਰਡੇ ਨੂੰ। ਆ ਗਿਆ ਜੀ, ਕੱਲ ਨੂੰ 4 ਵਜੇ ਚੜ ਜਾਣਾ, 6 ਵਜੇ ਤੁਹਾਡੇ, 4 ਵਜੇ ਚੜ ਜਾਣਾ, 6 ਵਜੇ ਪਹੁੰਚ ਜਾਣਾ, 6 ਵਜੇ ਤੁਹਾਡੇ ਕੋਲ। ਹਾਂਜੀ ਹਾਂਜੀ ਬਾਈ ਜੀ, ਇੱਕ ਗਾਣੇ ਦੀ ਫਰਮਾਇਸ਼ ਕਰਨੀ ਸੀ, ਉਹ ਜੇ ਗਾ ਸਕਦੇ ਹੋ ਤਾਂ ਪਲੀਜ਼। ਹਾਂਜੀ, ਅਸੀਂ ਕਿਉਂ ਪਰਦੇਸੀ ਹੋਏ, ਸਾਡੇ ਦਿਲ ਤੋਂ ਪੁੱਤ ਜਣਾ ਜੀ, ਇਹ ਦੋ ਲਾਈਨਾਂ ਪਲੀਜ਼ ਗਾ। ਮੈਂ ਤੁਹਾਨੂੰ ਸ਼ੋਅ, ਬਿਲਕੁਲ ਬਿਲਕੁਲ, ਇਹ ਮੇਰੇ ਖਿਆਲ ਇਹ ਸ਼ੋਅ ਤਾਂ ਮੈਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਗਾਉਣਾ ਹੁੰਦਾ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਆ, ਤੁਹਾਡੇ ਸ਼ੋਅ ਤੇ ਪੂਰੀ ਕਰਨਗੇ। ਸੋ ਆਪਣੇ ਇੱਕ ਦੋ ਫਰਮਾਇਸ਼ਾਂ ਹੋਰ ਆਈਆਂ, ਜੱਟੀ ਵਾਲੇ ਗੀਤ ਦੀ ਫਰਮਾਇਸ਼ ਆਈ ਸੀ, ਉਹਦੀਆਂ ਦੋ ਲਾਈਨਾਂ ਹੋ ਜਾਣ, ਇਹਨਾਂ ਦੀ ਵੀ ਕਰਦੇ ਹਾਂ। ਸਾਡੇ ਦਿਲ ਤੋਂ ਪੁੱਛ ਸੱਜਣਾ, ਅਸੀਂ ਕਿਉਂ ਪਰਦੇਸੀ ਹੋਏ, ਘਰ ਛੱਡਣੇ ਸੌਖੇ ਨਹੀਂ, ਜਿਨ੍ਹਾਂ ਨੂੰ ਛੱਡਣ ਵੇਲੇ ਰੋਏ। ਸਾਡੇ ਦਿਲ ਤੋਂ ਪੁੱਛ ਸੱਜਣਾ, ਅਸੀਂ ਕਿਉਂ ਪਰਦੇਸੀ ਹੋਏ, ਸਿੱਧੀ ਸਾਦੀ ਜੱਟੀ ਸਾਡੀ, ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਾਡੇ ਪਿੰਡ ਦੇ ਉੱਤੇ ਰੱਬੀ ਨੂਰ ਵਰਸਦਾ ਏ, ਨੂਰ ਵਰਸਦਾ ਏ, ਅਸੀਂ ਕੀ ਲੈਣਾ ਨਕਲੀ ਰੂਪ ਨਿਖਾਰੇ ਤੋਂ ਮਿੱਤਰਾ। ਇਹ ਗੀਤ ਨੂੰ ਸੁਣ ਕੇ ਆਸੇ ਪਾਸੇ ਝਾਕਣ ਵਾਲੇ ਘਰੇ ਆ ਜਾਂਦੇ ਪਏ। ਲੈਂਦੇ ਆਪਾਂ ਅਗਲੀ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਜੀ ਮੈਂ ਮਨਪ੍ਰੀਤ ਬੋਲ ਰਿਹਾ ਇੰਡੀਆ ਤੋਂ। ਹਾਂਜੀ ਹਾਂਜੀ ਮਨਪ੍ਰੀਤ ਜੀ, ਕਰੋ ਗੱਲ ਸਾਡੇ ਨਾਲ, ਅੱਜ ਬਾਈ ਹਰਜੀਤ ਹਰਮਨ ਜੀ ਜੁੜੇ ਹੋਏ ਨੇ। ਹਾਂਜੀ ਵੀਰ ਜੀ, ਕਰਾਇਓ ਜੀ। ਹਾਂਜੀ 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 ਬਾਬਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਕਿੱਦਾਂ ਹਾਲ ਚਾਲ ਜੀ? ਬਹੁਤ ਵਧੀਆ, ਚੜ੍ਹਦੀ ਕਲਾ ਵੀਰ, ਤੁਸੀਂ ਦੱਸੋ। ਚੜ੍ਹਦੀ ਕਲਾ ਚਾਹੀਦੀ ਵੀਰ ਜੀ। ਗੁੱਡ। ਹਾਂਜੀ ਹਾਂਜੀ ਵੀਰ ਜੀ, ਤੁਹਾਡਾ ਗਾਣਾ ਇੱਕ ਸਿਰ ਆਇਆ, ਧਾਰਮਿਕ ਸ਼ਬਦ ਆਇਆ ਸੀਗਾ। ਕਿਹੜਾ? ਆਪਣੇ ਕੌਮ ਦੇ ਕੁਛ ਇੱਦਾਂ ਸੀਗਾ ਨਾ, ਉਹ ਜਿਹੜਾ ਜਿਹਦੇ ਵਿੱਚ ਗਿੱਪੀ ਗਰੇਵਾਲ ਨੇ 76 ਗੱਲ ਹੋਣੀ ਸੀ ਮੇਰੇ ਕੋਲ। ਪੰਜਾਬ ਉਜਾੜਨ ਵਾਲੇ ਖੁਦ ਹੀ। ਹਾਂ ਬਿਲਕੁਲ ਜੀ, ਤੁਹਾਡੀ ਫਰਮਾਇਸ਼ ਮਨਪ੍ਰੀਤ ਜੀ ਨੋਟ ਕਰ ਲਈ, ਪੰਜਾਬ ਉਜਾੜਨ ਵਾਲੇ ਖੁਦ ਹੀ, ਇਹਦੀ ਅਜੇ ਦੋ ਲਾਈਨਾਂ ਹੋ ਜਾਣ, ਕਿਉਂਕਿ ਇਹ ਬੜੀ ਚੰਗੀ ਗੱਲ ਆ ਵੀ ਇਸ ਤਰ੍ਹਾਂ ਦੇ। ਮੈਂ ਬਿਲਕੁਲ, ਮੈਂ ਗਾਣਾ ਲਿਖਿਆ ਹੁਣ, ਮੈਂ ਗਾਣਾ ਗਾਉਣ ਤੋਂ ਪਹਿਲਾਂ ਦੱਸਣ 'ਚ ਬਹੁਤ ਟਾਈਮ ਲੱਗਦਾ, ਅੱਜ ਕੱਲ੍ਹ ਤਾਂ ਅਗਲਾ ਸੁਣਨੇ ਨਹੀਂ ਚਾਹੁੰਦਾ, ਬਾਈ ਜੀ ਕੀ ਸਮਝਾਉਣਾ ਤੂੰ, ਮਿੱਤਰਾਂ ਦਾ ਨਾਂ ਚੱਲਦਾ ਗਾਲਾ ਮਖਾਂ, ਇਹ ਢੋਲ ਵਜਾਉਣੀ ਗਾਇਕੀ ਨਹੀਂ ਹੁੰਦੀ ਕੁਝ ਸੁਣਨ ਵਾਸਤੇ, ਕਿਉਂਕਿ ਸਾਹਿਤ ਜਿਹਨੇ ਪੜ੍ਹਿਆ ਉਹ ਗੱਲ ਕਿੱਥੋਂ ਕੰਮ ਦੀ ਘੁਮਾਉਂਦੇ ਨੇ, ਕਿੰਨਾ ਸੋਹਣਾ ਗੱਲ ਆ ਪੰਜਾਬ ਨਾਲ ਕੀ ਹੋ ਰਿਹਾ, ਜਦੋਂ ਤੁਹਾਨੂੰ ਉਹ ਨਹੀਂ ਆਪਣੇ ਦਿਲ 'ਚ ਦਰਦ ਨਹੀਂ, ਮੈਨੂੰ ਲੱਗਦਾ ਫਿਰ ਔਖਾ ਹੀ ਹੋਣਾ ਉਹਨਾਂ ਦਾ ਸਮਾਂ। ਪੰਜਾਬੀ ਨਹੀਂ ਗਏ? ਹਾਂਜੀ ਹਾਂ ਬਿਲਕੁਲ, ਉਹ ਆ ਉਹ ਬੜਾ ਸੋਹਣਾ ਗੀਤ ਆ ਵੀ ਪੰਜਾਬ ਨੂੰ ਜਿਹਨੇ ਵੀ ਉਜਾੜਨ ਦੀ ਕੋਸ਼ਿਸ਼ ਕੀਤੀ, ਨਾਮੋ ਨਿਸ਼ਾਨ ਤੱਕ ਨਹੀਂ ਰਿਹਾ, ਅਤੇ ਪੰਜਾਬ ਅੱਜ ਉੱਥੇ ਜੋ ਹਾਲ ਆ, ਪਰ ਕਿੱਥੇ ਬੈਠਾ, ਅਮੈਰੀਕਾ 'ਚ ਪੰਜਾਬ ਆ ਜਿੱਥੇ ਮੈਂ ਬੈਠਾ, ਉਹ ਜਿਹੜਾ ਕਨੇਡਾ ਛੱਡ ਕੇ ਆਇਆ, ਪੰਜਾਬ ਆ ਜਿੱਥੇ ਮੈਂ ਗਿਆ ਸੀਗਾ, ਜਿੱਥੇ ਮੇਲੇ ਲੱਗੇ ਨੇ, ਉਹ ਇੰਗਲੈਂਡ ਦੇ ਵਿੱਚ ਪੰਜਾਬ ਆ ਜਿੱਥੇ ਅਸੀਂ ਜਾਂਦੇ ਹਾਂ। ਸੋ ਕਿਰਪਾ ਬਾਬੇ ਦੀ, ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ, ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ, ਪਾਣੀ ਅੱਜ ਵੀ ਇੱਕੋ ਲੈ ਵਿੱਚ ਵਗਦਾ ਏ, ਪੰਜਾਬ ਗੁਰਾਂ ਦੀ
ਕਿਰਪਾ ਦੇ ਨਾਲ ਵਸਦਾ ਏ। ਬੜਾ ਚੰਗਾ ਲੱਗਦਾ ਜਦੋਂ ਇਸ ਤਰ੍ਹਾਂ ਦੇ ਗੀਤ ਦੀ ਕੋਈ ਫਰਮਾਇਸ਼ ਕਰਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਗੀਤ ਆ ਕਈ ਵਾਰੀ ਡੱਬਾ ਬੰਦ ਹੀ ਰਹਿ ਜਾਂਦੇ, ਕਿਉਂਕਿ ਕਲਾਕਾਰ ਜੋਖਮ ਨਹੀਂ ਉਠਾਉਂਦਾ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਗੀਤ ਕੱਢਣ ਦਾ। ਪਰ ਹਰਜੀਤ ਹਰਮਨ, ਰਵਿੰਦਰ ਗਰੇਵਾਲ ਦੇ ਜਿੰਨੇ ਵੀ ਗੀਤ ਆਪਾਂ ਇਹਨਾਂ ਦੇ ਦੋਨਾਂ ਦੇ ਸੁਣੀਏ ਤਾਂ ਹਮੇਸ਼ਾ ਹੀ ਇਸ ਤਰ੍ਹਾਂ ਦੀ ਗੱਲ, ਪੰਜਾਬ ਦੀ ਗੱਲ, ਪੰਜਾਬੀਅਤ ਦੀ ਗੱਲ ਇਹਨਾਂ ਦੇ ਗੀਤਾਂ ਦੇ ਵਿੱਚ ਹੁੰਦੀ ਹੈ। ਸੋ ਬਾਈ, ਇੱਕ ਚਾਦਰ ਵਾਲੇ ਗੀਤ ਦੀ ਫਰਮਾਇਸ਼ ਹੈ। ਹਾਂਜੀ, ਦਿਲ ਦੇ ਨੇੜੇ ਹੁੰਦੀ ਹੈ ਜਦੋਂ ਚਾਦਰਾਂ ਦੀ ਗੱਲ ਹੁੰਦੀ ਹੈ। ਮੇਰਾ ਜੀ ਕਰਦਾ ਹੁੰਦਾ ਇੱਕ ਗਾਣਾ ਇਹੋ ਜਿਹਾ ਹੋਵੇ, ਚਾਦਰਾਂ ਚਰਖਿਆਂ ਵਾਲਾ। ਕੀ ਬਾਤ! ਬੇ ਮੈਂ ਚਾਦਰ ਕੱਢਦੀ, ਬੇ ਮੈਂ ਚਾਦਰ ਕੱਢਦੀ ਬੈਠੀ ਦਰਵਾਜ਼ੇ ਪਾਵਾਂ ਮੋਹਰ, ਬੇ ਮੈਂ ਚਾਦਰ ਕੱਢਦੀ ਬੈਠੀ ਦਰਵਾਜ਼ੇ ਪਾਵਾਂ ਮੋਹਰ, ਫੁੱਲ ਕੱਢਾਂ ਤੇਰੇ ਨਾਮ ਦਾ ਰੱਖਾਂ ਪੜਦਾ ਤੱਕੇ ਨਾ ਕੋਈ ਹੋਰ, ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜ਼ੇ ਪਾਮ ਮੋਰ ਵੇ। ਇੱਕ ਦੋ ਕਾਲ ਆਪਾਂ ਹੋਰ ਲਵਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕੈਲੀਫੋਰਨੀਆ ਤੋਂ ਬੋਲਾਂ ਤੇ ਮੈਂ ਅੰਕਲ ਨੂੰ ਕਿਹਦੇ ਗਾਣਾ ਸੁਣਨਾ? ਕਿਹੜਾ ਗਾਣਾ ਸੁਣਨਾ ਅੰਕਲ ਤੋਂ? ਅੰਕਲ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਪੁੱਤਰਾ। ਕਿਹਦੇ ਵਿੱਚ? ਜਿਹੜੇ ਨਵੇਂ ਮੁੰਡੇ ਆ, ਛੋਟੇ ਬੱਚੇ ਆ, ਉਹ ਉਹਨਾਂ ਨੂੰ ਆਉਂਦਾ ਵੀ ਭੰਗੜੇ ਵਾਲੇ ਬੀਟ ਹੋਣ, ਪਰ ਜਿਹੜੀ ਚੰਗੀ ਸੋਚ ਵਾਲੇ ਹੁੰਦੇ ਆ, ਸੂਝਵਾਨ ਹੁੰਦੇ ਆ, ਉਸ ਤਰ੍ਹਾਂ ਦੀ ਗੀਤ ਦੀ ਫਰਮਾਇਸ਼ ਕਰਦੇ। ਨੱਚਣ ਵਾਲੀ ਗੀਤ ਦੀ ਦੋ ਲਾਈਨਾਂ ਹੋ ਜਾਣ, ਆਪਾਂ ਗਾਵੀ ਚੁੱਕੇ ਅੱਡੀ ਮਾਰ ਕੇ ਕਿਤੇ ਚਾਹ ਜਾ, ਉਹੀ ਹੈ। ਹਾਂ, ਉਹੀ 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 ਤੁਹਾਡੀ ਫਰਮਾਇਸ਼ ਜੀ, ਤੁਸੀਂ ਪਹਿਲਾਂ ਅਸੀਂ ਪੂਰੀ ਕਰਤੀ ਲੈਂਦੇ ਅਗਲੀ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ, ਪਲੀਜ਼ ਜਦੋਂ ਵੀ ਫੋਨ ਕਰਦੇ ਆ ਫੋਨ ਤੇ ਕੰਸੈਂਟ੍ਰੇਟ ਕਰਿਆ ਕਰੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਸ਼ਿੰਗਾਰਾ ਸਿੰਘ ਬੋਲਦਾ ਜੀ, ਗਰੇਵਾਲ। ਹਾਂਜੀ ਹਾਂਜੀ, ਸ਼ਿੰਗਾਰਾ ਜੀ, ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਬਾਈ ਹਰਜੀਤ ਹਰਮਨ ਹੋਣਾ ਦੇ ਨਾਲ ਕਰੋ ਜੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਗਰੇਵਾਲ ਸਾਹਿਬ। ਹਾਂਜੀ, ਕੀ ਹਾਲ ਹੈ ਜੀ? ਫਿਰ ਤੁਸੀਂ ਪਲੀਜ਼ ਮੈਨੂੰ ਫੋਨ ਆ ਜਿਹੜਾ ਉਹ ਕੱਟਣਾ ਪੈਂਦਾ ਜਦੋਂ ਵੀ ਡਿਸਟਰਬੈਂਸ ਹੁੰਦੀ ਹੈ, ਜਿਹੜੀ ਜਦੋਂ ਕੋਈ ਪਿੱਛੇ ਵਾਲੀ ਆਵਾਜ਼ ਆਉਂਦੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਮੇਰੇ ਖਿਆਲ ਪੰਚਾ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਨਿਊ ਜਰਸੀ ਕਾਰ ਰੇਡ ਤੋਂ ਗੁਰਪ੍ਰੀਤ ਬੋਲ ਰਿਹਾ ਜੀ। ਹਾਂਜੀ ਹਾਂਜੀ, ਗੁਰਪ੍ਰੀਤ ਜੀ, ਕਰੋ ਗੱਲ ਬਾਈ ਹਰਜੀਤ ਹਰਮਨ ਹੋਣਾ ਦੇ ਨਾਲ। ਹੋਰ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਗੁਰਪ੍ਰੀਤ, ਸਤਿ ਸ਼੍ਰੀ ਅਕਾਲ, ਹੋਰ ਸੁਣਾਓ? ਹਰਜੀਤ ਹਰਮਨ ਸਾਹਿਬ ਜੀ, ਕੀ ਹਾਲ ਚਾਲ ਨੇ? ਠੀਕ ਹੈ ਜੀ, ਮੈਂ ਦੱਸ ਬੋਲ ਰਿਹਾ, ਹੋਰ ਸੁਣਾਓ, ਠੀਕ ਹੋ? ਬਹੁਤ ਵਧੀਆ ਜੀ, ਵਧੀਆ। ਹੋਰ ਕਿੱਦਾਂ ਜੀ ਸਿਹਤਾਂ? ਸਿਹਤਾਂ ਚੜ੍ਹਦੀ ਕਲਾ ਚ ਪੂਰੇ ਬਾਈ। ਕੀ ਕਰਦੇ ਜੀ? ਥੋੜੇ ਮੂਹਰੇ ਬੈਠੇ ਪੰਗਾ ਲਿਆ ਬਾਈ ਯਾਰ, ਸਵਾਲ ਵੀ ਤੁਸੀਂ ਉਦਾਂ ਦੇ ਕਰਦੇ ਹੋ, ਕੀ ਕਰਦੇ ਸੀ ਬਾਈ? ਇੰਟਰਵਿਊ ਕਰ ਰਹੇ ਆ ਗਲੋਬਲ ਪੰਜਾਬ ਟੀਵੀ ਤੇ। ਮੈਂ ਇੱਕ ਕਹਿਣਾ ਚਾਹੁੰਦਾ ਹਾਂ ਨਾ ਸਾਰਿਆਂ ਨੂੰ, ਇੱਥੇ ਟਾਈਮ ਸ਼ਾਰਟ ਹੁੰਦਾ, ਤੁਸੀਂ ਅੱਧੇ ਇਹਨਾਂ ਨਾਲ ਲੜਦੇ ਹੋਵੋਗੇ, ਉੱਥੇ ਨਾ ਦੱਸੋ ਮੇਰੇ ਨਾਲ ਉਨਾ ਕੁ ਟਾਈਮ ਇਹ ਗੱਲ ਕਰ ਸਕਦੇ ਆ। ਮੈਨੂੰ ਲੱਗਦਾ ਮੇਰਾ ਜੀ ਕਰਦਾ ਜਿਵੇਂ ਗਾਉਣ 'ਚ ਟਾਈਮ ਸਾਡਾ ਅੱਧਾ ਪੌਣਾ ਘੰਟਾ ਹੁੰਦਾ, ਸਾਨੂੰ ਲੱਗਦਾ ਵੀ ਸਾਰੇ ਗਾਣੇ ਗਾ ਜੀਏ, ਕੱਟ ਕੱਟ ਕੱਟ। ਮੈਨੂੰ ਵੀ ਸਵਾਦ ਨਹੀਂ ਆਉਂਦਾ ਕੁਛ, ਤਾਂ ਆਪਾਂ ਹਾਲ ਚਾਲ ਪੁੱਛੋ। ਬਾਈ, ਆਪਣੇ ਪ੍ਰੋਗਰਾਮ ਦਾ ਟਾਈਮ ਘੱਟ ਰਹੇਗਾ, ਮੈਨੂੰ ਇਸ਼ਾਰਾ ਹੋ ਚੁੱਕਿਆ ਪ੍ਰੋਗਰਾਮ ਖਤਮ ਕਰਨ ਦਾ, ਤੇ ਮਿੱਤਰਾਂ ਦਾ ਨਾਂ ਚੱਲਦਾ ਜਿਹੜਾ ਬਾਰ ਬਾਰ ਫਰਮਾਇਸ਼ ਆਉਂਦੀ ਸੀ। ਓਕੇ ਜੀ, ਬਾਈ ਜੀ, ਸੁਣਾਉਂਦਾ।
ਸਾਰੀ ਯਾਰਾਂ ਦੀ ਕਿਤੇ ਜਮਾਲੀ ਨੀ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਵੰਗਾ ਚਿੜਵਾਲੀ ਨੀ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਵੰਗਾ ਚਿੜਵਾਲੀ ਨੀ ਮਿੱਤਰਾਂ ਦਾ ਨਾਂ ਚੱਲਦਾ ਸੋ ਬਾਈ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਆਉਣ ਵਾਲੇ ਸ਼ੋਆਂ ਦੇ ਲਈ ਸਾਡੇ ਵੱਲੋਂ ਤੁਹਾਨੂੰ ਸ਼ੁਭੇਸ਼ਾਵਾਂ ਚੰਗੇ ਰਹਿਣ ਗੁੱਡ ਲੱਕ ਥੈਂਕ ਯੂ ਗੱਲ ਪ੍ਰਦੀਪ ਸਤਿ ਸ਼੍ਰੀ ਅਕਾਲ ਅਤੇ ਸੌਰੀ ਕਲਾਕਾਰ ਸਾਡੇ ਭਰਾ ਹੈ ਕਿਸੇ ਦੇ ਖਿਲਾਫ ਬੋਲਿਆ ਜਾਂਦਾ ਦੁੱਖ ਲੱਗਦਾ ਕਿਸੇ ਨੂੰ ਪਰ ਤੁਸੀਂ ਕਦੋਂ ਦਿਲ ਦੀ ਗੱਲ ਪੁੱਛੀ ਤਾਂ ਦਿਲ ਦੀ ਮੇਰੇ ਖਿਆਲ ਦੇ ਵਿੱਚ ਲੁਕਾਉਣੀ ਹੋਣੀ ਚਾਹੀਦੀ ਇੰਟਰਵਿਊ ਇਹ ਦਿਲ ਦੀਆਂ ਗੱਲਾਂ ਹੀ ਨੇ ਸੋ ਚੜ੍ਹਦੀ ਕਲਾ ਪੰਜਾਬੀ ਬੋਲੀ ਲਈ ਪੰਜਾਬੀਅਤ ਲਈ ਮੰਗਦਾ ਹੋਇਆ ਸਾਰਿਆਂ ਦੀ ਦੁਆ ਕਰਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਥੈਂਕਸ ਗਲੋਬਲ ਪੰਜਾਬ ਟੀਵੀ ਦੀ ਇਸ ਟੀਮ ਦਾ ਜਿਨ੍ਹਾਂ ਨੇ ਮੈਨੂੰ ਚੱਕਿਆ ਨਿਊਯਾਰਕ ਤੋਂ ਫਟਾਫਟ ਆਪਣੇ ਸਟੂਡੀਓ 'ਚੋਂ ਲਿਆ ਕੇ ਆਪਣੇ ਚਾਹੁਣ ਵਾਲਿਆਂ ਦੇ ਰੂਬਰੂ ਕੌਲਾਂ ਦੇ ਜ਼ਰੀਏ ਨੇੜੇ ਕੀਤਾ ਸੋ ਪਰਮਾਤਮਾ ਅੱਗੇ ਦੁਆ ਕਰਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਤਿ ਸ਼੍ਰੀ ਅਕਾਲ ਸੋ ਦਰਸ਼ਕੋ ਇਹ ਸੀ ਸਾਡਾ ਅੱਜ ਦਾ ਚੱਕ ਪੰਜਾਬੀ ਪ੍ਰੋਗਰਾਮ ਬਾਈ ਹਰਜੀਤ ਹਰਮਨ ਹੋਣਾ ਦੇ ਨਾਲ ਇਹਨਾਂ ਦੇ ਸ਼ੋਜ਼ ਨਾਲ ਰਿਲੇਟਡ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ ਡੀ ਜੇ ਸੋਨੂੰ ਢਿੱਲੋਂ ਦਾ ਨੰਬਰ ਜਿਹੜਾ ਤੁਹਾਡੀ ਸਕਰੀਨ 'ਤੇ ਆ ਰਿਹਾ ਉਹਦੇ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸ਼ੋਆਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ 23 ਨੂੰ ਜੋਰਜੀਆ 30 ਨੂੰ ਮਿਸੀਸਿਪੀ 7 ਨੂੰ ਫ੍ਰਿਜਨੋ 14 ਨੂੰ ਬੇ ਏਰੀਆ 21 ਨੂੰ ਡੈਲਸ 22 ਨੂੰ ਵਰਜੀਨੀਆ 29 ਨੂੰ ਯੂਬਾ ਸਿਟੀ ਔਰ 30 ਨੂੰ ਨਿਊ ਜਰਸੀ ਦੇ ਵਿੱਚ ਇਹਨਾਂ ਦਾ ਸ਼ੋਅ ਹੋ ਰਿਹਾ ਸੋ ਇਹਨਾਂ ਸ਼ੋਆਂ ਦੇ ਨਾਲ ਹੋਰ ਵੀ ਕੋਈ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਡੀ ਜੇ ਸੋਨੂੰ ਢਿੱਲੋਂ ਨੂੰ ਕਾਲ ਕਰ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਰੱਬ ਰੱਖਾ